ਮਾਨੀਆ ਅਤੇ ਕਰੋਸ਼ੀਆ ਬਹੁਤ ਜਲਦੀ ਸ਼ੈਂਗਨ ਜ਼ੋਨ ਦੇ ਵਿੱਚ ਐਂਟਰ ਹੋਣ ਵਾਲੇ ਆ। ਇਹ ਨਿਊਜ਼ ਤੁਸੀਂ ਬਹੁਤ ਜ਼ਿਆਦਾ ਸੁਣੀ ਹੋਏਗੀ ਯੂਟਿਊਬ 'ਤੇ, ਅਤੇ ਇਹ ਬਿਲਕੁਲ ਸੱਚੀ ਨਿਊਜ਼ ਹੈਗੀ ਹੈ ਕਿ ਹਾਂਜੀ ਰੋਮਾਨੀਆ ਅਤੇ ਕਰੋਸ਼ੀਆ ਦੋਨੋਂ ਸੱਚੀ ਰੈਡੀ ਨੇ ਸ਼ੈਂਗਨ ਜ਼ੋਨ ਦੇ ਵਿੱਚ ਐਂਟਰ ਹੋਣ ਵਾਸਤੇ। ਬਟ ਕਦੋਂ ਹੋਣਗੇ ਇਹ ਕਿਸੇ ਨੂੰ ਨਹੀਂ ਪਤਾ ਅਜੇ ਤੱਕ, ਬਟ ਨਿਊਜ਼ ਦੇ ਵਿੱਚ ਆ ਰਹੀਆਂ ਲੇਟੈਸਟ ਨਿਊਜ਼ ਜਿਹੜੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਹੁਣ ਗੱਲ ਕਰਾਂਗੇ ਰੋਮਾਨੀਆ ਦੇ ਵਿੱਚ ਜਿਹੜੇ ਵਰਕ ਪਰਮਿਟ ਤੇ ਹੈਗੇ ਨੇ ਆਲਰੇਡੀ, ਅਤੇ ਜਾਂ ਕਰੋਸ਼ੀਆ ਦੇ ਵਿੱਚ ਆਪਣੇ ਭਰਾ ਵਰਕ ਪਰਮਿਟ ਤੇ ਗਏ ਨੇ, ਉਹਨਾਂ ਨੂੰ ਕੀ ਬੈਨੀਫਿਟ ਹੋਏਗਾ, ਅਤੇ ਜਿਹੜੇ ਹੁਣ ਆਪਣੇ ਇੰਡੀਅਨ ਭਰਾ ਹੋਰ ਜਾਣਾ ਚਾਹੁੰਦੇ ਆ, ਠੀਕ ਹੈ, ਏਜੰਟ ਕਹਿੰਦੇ ਆ ਰੋਮਾਨੀਆ ਦੇ ਵਿੱਚ ਚਲੇ ਜਾਓ ਅਤੇ ਕਰੋਸ਼ੀਆ ਦੇ ਵਿੱਚ ਚਲੇ ਜਾਓ, ਉਹਨਾਂ ਨੂੰ ਕੀ ਬੈਨੀਫਿਟ ਹੋਏਗਾ। ਸੋ ਇਸ ਵੀਡੀਓ ਦੇ ਵਿੱਚ ਆਪਾਂ ਪੂਰੀ ਗੱਲ ਕਰਾਂਗੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ ਅਤੇ ਵਰਕਿੰਗ ਵੀਜ਼ਾ ਦੀ ਇਨਫੋਰਮੇਸ਼ਨ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹਿੰਦੀ ਹੈ, ਅਤੇ ਆਪਣੇ ਭਰਾ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਪੂਰਾ ਦੇਖ ਲਿਆ ਕਰੋ ਤਾਂ ਕਿ ਤੁਹਾਨੂੰ ਇੱਕ ਚੰਗੀ ਇਨਫੋਰਮੇਸ਼ਨ ਜਿਹੜੀ ਆ ਮਿਲਦੀ ਰਹੇ। ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ, ਚੜ੍ਹਦੀਆਂ ਕਲਾਂ 'ਚ ਹੋਵੋਗੇ ਅਤੇ ਹਮੇਸ਼ਾ ਖੁਸ਼ ਰਿਹਾ ਕਰੋ ਜੀ। ਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਨਿਊਜ਼ ਇੱਥੇ ਨਾਲ ਫਲੈਸ਼ ਹੋ ਰਹੀਆਂ ਨੇ, ਠੀਕ ਹੈ ਜੀ। ਇਹ ਬਿਲਕੁਲ ਸੱਚੀ ਨਿਊਜ਼ ਹੈ ਕਿ ਰੋਮਾਨੀਆ ਅਤੇ ਕਰੋਸ਼ੀਆ ਦੋਨੋਂ ਜਿਹੜੇ ਸ਼ੈਂਗਨ ਜ਼ੋਨ ਦੇ ਵਿੱਚ ਐਂਟਰ ਹੋਣ ਜਾ ਰਹੇ ਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਰੋਸ਼ੀਆ ਬਾਰੇ। ਕਰੋਸ਼ੀਆ ਜਿਹੜਾ ਕਿ ਉੱਥੇ ਕੂਨਾ ਕਰੰਸੀ ਚੱਲਦੀ ਹੈ ਜੀ, ਅਤੇ ਇੱਕ ਬਹੁਤ ਛੋਟੀ ਕੰਟਰੀ ਹੈਗੀ ਆ ਯੂਰੋ ਦੇ, ਇੱਥੇ ਯੂਰੋਪੀਅਨ ਕੰਟਰੀ ਹੈ ਜੀ, ਇਹਨੂੰ ਆਪਾਂ ਬਾਲਕਨ ਸਿਟੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਬਾਲਕਨ ਸਿਟੀ ਦੇ ਵਿੱਚ ਇਹੋ ਤੁਹਾਡਾ ਅਲਬਾਨੀਆ ਆ ਜਾਂਦਾ, ਕਰੋਸ਼ੀਆ ਆ ਜਾਂਦਾ, ਬੁਲਗਾਰੀਆ ਆ ਗਿਆ, ਰੋਮਾਨੀਆ ਆ ਗਿਆ, ਇਹ ਸਾਰੀਆਂ ਬਾਲਕਨ ਸਿਟੀ ਨੇ, ਠੀਕ ਹੈ, ਬਟ ਯੂਰਪ ਦਾ ਪਾਰਟ ਹੈਗੀਆਂ ਨੇ, ਬਟ ਸ਼ੈਂਗਨ ਦਾ ਪਾਰਟ ਨਹੀਂ ਹੈਗੀਆਂ। ਹੁਣ ਜਿਹੜੇ ਕਰੋਸ਼ੀਆ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਹੈ ਕਿ ਅਸੀਂ ਅਗਲੇ ਸਾਲ ਤੋਂ 1 ਜਨਵਰੀ 2023 ਤੋਂ ਇੱਥੋਂ ਦੀ ਜਿਹੜੀ ਕਰੰਸੀ ਕੂਨਾ ਹੈ ਉਹਨੂੰ ਛੱਡ ਕੇ ਅਸੀਂ ਯੂਰੋ ਐਕਸੈਪਟ ਜਿਹੜਾ ਸ਼ੁਰੂ ਕਰ ਦੇਣਾ ਜੀ। ਸੋ ਇੱਕ ਤਾਂ ਪੋਜ਼ਿਟਿਵ ਸਾਈਨ ਇਹ ਹੋ ਗਿਆ ਕਿ ਹਾਂਜੀ ਵਾਕਈ ਸ਼ੈਂਗਨ ਜ਼ੋਨ ਦੇ ਵਿੱਚ ਐਂਟਰ ਹੋ ਜੂਗਾ, ਕਿਉਂਕਿ ਯੂਰੋ ਚੱਲਣਾ ਸ਼ੁਰੂ ਹੋ ਜਾਏਗਾ, ਠੀਕ ਹੈ ਜੀ। ਸੋ ਦੂਸਰੀ ਥਿੰਗ ਹੈਗੀ ਹੈ ਕਿ ਉੱਥੋਂ ਦੇ ਜਿਹੜੇ ਯੂਰੋਪੀਅਨ ਜਿਹੜੇ ਹੈਗੇ ਨੇ, ਕਰੋਸ਼ੀਅਨ ਜਿਹੜੇ ਜਿਨ੍ਹਾਂ ਕੋਲ ਪਾਸਪੋਰਟ ਨੇ ਜਾਂ ਉੱਥੋਂ ਦੇ ਬੋਰਨ ਨੇ ਜਿਨ੍ਹਾਂ ਕੋਲ ਪਾਸਪੋਰਟ ਹੈਗਾ, ਉਹ ਬੰਦੇ 1 ਜਨਵਰੀ 2023 ਤੋਂ ਵਾਇਆ ਰੋਡ ਇਹ ਦੂਸਰੇ ਬਿਨਾਂ ਵੀਜ਼ੇ ਤੋਂ ਸ਼ੈਂਗਨ ਜ਼ੋਨ ਦੇ ਵਿੱਚ ਐਂਟਰ ਕਰ ਸਕਦੇ ਆ, ਠੀਕ ਹੈ ਜੀ। ਇਹ ਉਹਨਾਂ ਵਾਸਤੇ ਹੈਗਾ। ਸੇ ਆਪਾਂ ਏਅਰ ਦੀ ਗੱਲ ਕਰੀਏ, ਮਤਲਬ ਕਿ ਆਪਾਂ ਅਗਰ ਫਲਾਈਟ ਲੈ ਕੇ ਜਾਣਾ ਹੋਵੇ ਤਾਂ ਜਿਨ੍ਹਾਂ ਕੋਲ ਪਾਸਪੋਰਟ ਹੈਗਾ, ਕਰੋਸ਼ੀਅਨ ਪਾਸਪੋਰਟ ਹੈਗੇ ਨੇ ਉੱਥੋਂ ਦੇ ਬੰਦੇ ਨੇ, ਉਹ ਜੂਨ ਜੁਲਾਈ ਤੋਂ ਬਾਅਦ ਵਾਇਆ ਏਅਰ ਫਲਾਈਟ ਵਾਇਆ ਵੀ ਸ਼ੈਂਗਨ ਜ਼ੋਨ ਦੇ ਵਿੱਚ ਜਾ ਸਕਦੇ ਆ ਬਿਨਾਂ ਵੀਜ਼ੇ ਤੋਂ। ਸੋ ਗੱਲ ਮੁੱਕਦੀ ਹੈ ਕਿ ਹੁਣ ਸਾਡੇ ਵਰਗੇ ਜਿਹੜੇ ਉੱਥੇ ਕੰਮ ਕਰਦੇ ਨੇ, ਠੀਕ ਹੈ, ਹੋਰ ਮੇਰੇ ਵੀਰ ਭਰਾ ਜਿਹੜੇ ਉੱਥੇ ਕੰਮ ਕਰਦੇ ਕਰੋਸ਼ੀਆ ਦੇ ਵਿੱਚ, ਉਹ ਕਦੋਂ ਤੋਂ ਜਾ ਪਾਣਗੇ, ਉਹਨਾਂ ਦੀ ਅਜੇ ਕੋਈ ਵੀ ਲੇਟੈਸਟ ਨਿਊਜ਼ ਨਹੀਂ ਆਈ, ਠੀਕ ਹੈ ਜੀ। ਬਟ ਹਾਂਜੀ, ਜਦੋਂ ਪ੍ਰੋਪਰ ਸ਼ੈਂਗਨ ਜ਼ੋਨ ਦੇ ਵਿੱਚ ਐਂਟਰ ਹੋ ਗਿਆ ਕਿ ਹਾਂਜੀ ਇਹ ਕੰਟਰੀ ਲਾਈਕ 26 ਕੰਟਰੀਜ਼ ਹੋ ਗਈਆਂ, ਠੀਕ ਹੈ, ਜਦੋਂ 27 ਹੋ ਜਾਣਗੀਆਂ, ਦੈਨ ਜਿਨ੍ਹਾਂ ਕੋਲ ਵੀ ਰੈਜ਼ੀਡੈਂਟ ਪਰਮਿਟ ਹੋਣਗੇ ਉਹ ਬੱਚੇ ਸਾਰੇ ਹੀ ਸ਼ੈਂਗਨ ਜ਼ੋਨ ਦੇ ਵਿੱਚ ਐਂਟਰ ਹੋ ਜਾਣਗੇ, ਅਤੇ ਉਹਨਾਂ ਨੂੰ ਈਜ਼ਲੀ ਬਿਨਾਂ ਵੀਜ਼ੇ ਤੋਂ ਸ਼ੈਂਗਨ ਜ਼ੋਨ ਦੇ ਵਿੱਚ ਟਰੈਵਲ ਕਰ ਪਾਣਗੇ ਜੀ, ਠੀਕ ਹੈ ਜੀ। ਇਹ ਹੈਗੀ ਨਿਊਜ਼, ਲੇਟੈਸਟ ਨਿਊਜ਼ ਹੈ ਜੀ, ਅਤੇ ਵਾਕਈ ਸੱਚੀ ਇਹ ਸ਼ੈਂਗਨ ਜ਼ੋਨ ਦੇ ਵਿੱਚ ਆ ਜਾਏਗਾ, ਬਹੁਤ ਜਲਦੀ ਆ ਜਾਏਗਾ। ਕਰੋਸ਼ੀਆ ਤਾਂ ਵੈਸੇ ਵੀ ਪ੍ਰੋਪਰ ਤਰੀਕੇ ਨਾਲ ਰੈਡੀ ਹੈ, ਜਦੋਂ ਵੀ ਕਿਸੇ ਕੰਟਰੀ ਨੇ ਸ਼ੈਂਗਨ ਜ਼ੋਨ ਦੇ ਵਿੱਚ ਐਂਟਰ ਹੋਣਾ ਹੁੰਦਾ, ਆਪਣੇ ਆਪ ਨੂੰ ਸ਼ੈਂਗਨ ਜ਼ੋਨ ਦੇ ਵਿੱਚ ਐਂਟਰ ਕਰਨਾ, ਉਹਨਾਂ ਨੂੰ 4 ਫਾਈਲਾਂ ਦੀ ਲੋੜ ਪੈਂਦੀ ਹੈ ਜੀ। ਪਹਿਲੀ ਜਿਹੜੀ ਹੁੰਦੀ ਹੈ ਜੀ ਉਹ ਬੋਰਡਰ ਸਪੇਸ ਹੈ ਜੀ, ਠੀਕ ਹੈ। ਸੈਕਿੰਡ ਜਿਹੜੀ ਤੁਹਾਡੀ ਰਹੇਗੀ ਉਹ ਤੁਹਾਡਾ ਪੁਲਿਸ ਕਾਰਪੋਰੇਟ ਹੋ ਗਿਆ। ਥਰਡ ਜਿਹੜਾ ਤੁਹਾਡਾ ਰਹਿੰਦਾ ਉਹਨਾਂ ਦਾ ਇਮੀਗ੍ਰੇਸ਼ਨ ਹੋ ਗਿਆ। ਚੌਥੀ ਆਉਂਦੀ ਹੈ ਤੁਹਾਡੀ PDP, PDP ਨੂੰ ਆਪਾਂ ਕਹਿ ਦਿੰਦੇ ਹਾਂ ਜੀ ਪਰਸਨਲ ਪ੍ਰੋਟੈਕਸ਼ਨ ਡਾਕੂਮੈਂਟੇਸ਼ਨ, ਠੀਕ ਹੈ ਜੀ। ਉਹਨਾਂ ਦੀ ਪਰਸਨਲ ਡਾਕੂਮੈਂਟੇਸ਼ਨ ਜਿਹੜੀ ਹੈਗੀ ਹੈ ਉਹ ਉਹਦੇ ਵਿੱਚ ਜਿਹੜੀਆਂ ਆ ਜਾਂਦੀਆਂ, ਤੁਹਾਡੀ ਇਮੀਗ੍ਰੇਸ਼ਨ ਹੋ ਗਿਆ, ਤੁਹਾਡਾ ਲਾਈਕ ਇਨਕਮ ਸਟੇਟਸ ਹੋ ਗਿਆ ਉਹਨਾਂ ਦਾ, ਟੂਰਿਜ਼ਮ ਸੈਕਟਰ ਹੋ ਗਿਆ, ਇਲੀਗਲ ਮਾਈਗ੍ਰੈਂਟ ਹੋ ਗਏ, ਇਹ ਸਾਰੀਆਂ ਚੀਜ਼ਾਂ ਬਹੁਤ ਕਵਰ ਕਰਦੀਆਂ ਨੇ। ਅਤੇ 4 ਕੰਟਰੀਆਂ ਇੱਦਾਂ ਦੀਆਂ ਨੇ ਜਿਹੜੀਆਂ ਆਪਣੇ ਸ਼ੈਂਗਨ ਜ਼ੋਨ ਦੇ ਵਿੱਚ ਐਂਟਰ ਹੋਣ ਵਾਸਤੇ ਰੈਡੀ ਹੈਗੀਆਂ ਸੀ, ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਸੀ ਕਿ ਸਾਨੂੰ ਸ਼ੈਂਗਨ ਜ਼ੋਨ ਦੇ ਵਿੱਚ ਲੈ ਲਓ, ਜਿਵੇਂ ਕਿ ਰੋਮਾਨੀਆ, ਬੁਲਗਾਰੀਆ ਅਤੇ ਤੁਹਾਡਾ ਕਰੋਸ਼ੀਆ ਅਤੇ ਅੱਗੇ ਸਾਈਪ੍ਰਸ। ਇਹਨਾਂ ਨੂੰ 10-11 ਸਾਲ ਹੋ ਗਏ ਪਾਰਟਿਸਪੇਟ ਕਰਦੇ ਨੂੰ, ਬਟ ਹੁਣ ਆ 2022 ਦੇ ਵਿੱਚ ਜਿਹੜੀਆਂ ਗੁੱਡ ਨਿਊਜ਼ ਸੁਣਨ ਨੂੰ ਮਿਲੀਆਂ, ਠੀਕ ਹੈ ਜੀ। ਇਹ ਪਹਿਲਾਂ ਵੀ ਇੱਦਾਂ ਆਉਂਦਾ ਹੁੰਦਾ ਸੀ ਕਿ ਹਾਂਜੀ ਅਸੀਂ ਰੈਡੀ ਹਾਂ, ਅਸੀਂ ਰੈਡੀ ਹਾਂ, ਬਟ ਸਟਿਲ ਕਿਸੇ ਕੋਲ ਵੀ ਇੱਦਾਂ ਦੀ ਕਨਫਰਮੇਸ਼ਨ ਨਹੀਂ ਆਈ ਕਿ ਹਾਂਜੀ ਤੁਸੀਂ ਇੰਨੀ ਡੇਟ ਨੂੰ ਸ਼ੈਂਗਨ ਜ਼ੋਨ ਦੇ ਵਿੱਚ ਐਂਟਰ ਹੋ ਜਾਓਗੇ, ਕਿਉਂਕਿ ਕੰਟਰੀ ਨੇ ਸਾਈਨ ਨਹੀਂ ਕੀਤੀ ਅਜੇ ਤੱਕ, ਠੀਕ ਹੈ ਜੀ। ਕਿਉਂਕਿ ਸਾਰੀਆਂ ਯੂਰੋਪੀਅਨ ਸ਼ੈਂਗਨ ਕੰਟਰੀਆਂ ਮਿਲ ਕੇ ਡਿਸਾਈਡ ਕਰਨਗੀਆਂ ਕਿ ਹਾਂਜੀ ਅਸੀਂ ਕਰੋਸ਼ੀਆ ਨੂੰ ਅਸੀਂ ਐਂਟਰ ਕਰਨਾ ਜਾਂ ਨਹੀਂ ਕਰਨਾ, ਬੁਲਗਾਰੀਆ ਨੂੰ ਜਾਂ ਆਪਣੇ ਰੋਮਾਨੀਆ ਨੂੰ ਜਾਂ ਆਪਣੇ ਸਾਈਪ੍ਰਸ ਨੂੰ ਅਸੀਂ ਐਂਟਰ ਕਰਨਾ ਜਾਂ ਨਹੀਂ ਕਰਨਾ, ਇਹ ਕਨਫਰਮ ਨਹੀਂ ਹੈਗਾ, ਠੀਕ ਹੈ। ਸਿਰਫ ਨਿਊਜ਼ ਦੇ ਵਿੱਚ ਫਲੈਸ਼ ਹੋ ਰਹੀਆਂ ਨੇ, ਦੈਟਸ ਇਟ। ਸੋ ਸਾਈਪ੍ਰਸ ਤਾਂ ਅਜੇ ਆਉਂਦਾ ਨਹੀਂ ਜੀ ਸ਼ੈਂਗਨ ਜ਼ੋਨ ਦੇ ਵਿੱਚ, ਠੀਕ ਹੈ, ਇਹ ਭੁੱਲ ਜਾਓ ਤੁਸੀਂ, ਕਿਉਂਕਿ ਉੱਥੇ ਇਲੀਗਲ ਮਾਈਗ੍ਰੈਂਟ ਬਹੁਤ ਜ਼ਿਆਦਾ ਹੈਗਾ, ਸਟੂਡੈਂਟ ਜਾਂਦੇ ਆ ਉੱਥੇ ਇਲੀਗਲ ਹੋ ਜਾਂਦੇ ਆ, ਠੀਕ ਹੈ, ਉੱਥੇ ਬੜੀਆਂ ਫੇਕ ਮੈਰਿਜਸ ਦੇ ਕੇਸ ਬਹੁਤ ਜ਼ਿਆਦਾ ਨੇ, ਠੀਕ ਹੈ, ਇਸ ਚੀਜ਼ਾਂ ਦੇ ਵਿੱਚ ਨਹੀਂ ਆਉਂਦਾ ਜੀ। ਅਤੇ ਰੋਮਾਨੀਆ ਦੀ ਜਿਹੜੀ ਲੇਟੈਸਟ ਨਿਊਜ਼ ਹੈਗੀ ਆ ਉਹ ਵੀ ਤੁਹਾਡੇ ਇੱਥੇ ਫਲੈਸ਼ ਹੋ ਰਹੀ ਹੈ, ਵੀ ਚੈੱਕ ਕਰ ਲਓ, ਠੀਕ ਹੈ। ਸਾਰੀਆਂ ਨਿਊਜ਼ ਜਿਹੜੀਆਂ ਨੇ ਤੁਹਾਨੂੰ ਲਿੰਕ 'ਚ ਡਿਸਕ੍ਰਿਪਸ਼ਨ 'ਚ ਮੈਂ ਤੁਹਾਨੂੰ ਲਿੰਕ ਦੇ ਦਿੰਦਾ, ਜਾ ਕੇ ਤੁਸੀਂ ਆਪਣੇ ਆਪ ਹੀ ਪੜ੍ਹ ਲਿਆ ਜੇ, ਕੋਈ ਚੱਕਰ ਨਹੀਂ ਹੈਗਾ, ਤੁਹਾਨੂੰ ਪਤਾ ਲੱਗ ਜਾਏਗਾ ਸਾਰੀ ਨਿਊਜ਼ ਦਾ।
ਤੇ ਰੂਮਾਨੀਆ ਦੇ ਪ੍ਰਾਈਮ ਮਿਨਿਸਟਰ ਨੇ ਕਹਿ ਤਾ ਕਿ ਅਸੀਂ ਬਿਲਕੁਲ ਰੈਡੀ ਹਾਂ ਸ਼ੈਂਗਨ ਜ਼ੋਨ ਦੇ ਵਿੱਚ ਆਉਣ ਵਾਸਤੇ, ਸਾਡੀਆਂ ਫਾਈਲਾਂ ਬਿਲਕੁਲ ਰੈਡੀ ਨੇ, ਤੁਸੀਂ ਚੈੱਕਆਊਟ ਕਰ ਸਕਦੇ ਹੋ, ਆਉਣ ਵਾਲੇ ਸਾਲ ਦੇ ਵਿੱਚ ਮਤਲਬ 2023 ਦੇ ਸਟਾਰਟਿੰਗ ਦੇ ਵਿੱਚ ਅਸੀਂ ਰੈਡੀ ਹੋ ਗਏ ਸ਼ੈਂਗਨ ਜ਼ੋਨ ਦੇ ਵਿੱਚ ਆਉਣ ਦੇ, ਬਟ ਸਟਿਲ ਕਨਫਰਮ ਨਹੀਂ ਹੈ, ਸਿਰਫ ਫਲੈਸ਼ ਹੋ ਰਹੀਆਂ ਨੇ ਨਿਊਜ਼, ਹੋਰ ਕੁਛ ਨਹੀਂ ਹੈਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਡਿਪੈਂਡ ਕਰਦੀਆਂ ਨੇ, ਰੂਮਾਨੀਆ ਦੇ ਵਿੱਚ ਇਲੀਗਲ ਮਾਈਗ੍ਰੈਂਟ ਬਹੁਤ ਹੈਗਾ ਜੀ, ਕਿਉਂਕਿ ਸਾਰੇ ਹੀ ਬਾਰਡਰ ਕਰੋਸ ਕਰਨ ਵਾਸਤੇ ਰੂਮਾਨੀਆ ਨੂੰ ਚੂਜ਼ ਕਰਦੇ ਆ, ਠੀਕ ਹੈ, ਰੂਮਾਨੀਆ ਅਤੇ ਬੁਲਗਾਰੀਆ ਨੂੰ। ਕਰੋਸ਼ੀਆ ਦੇ ਵਿੱਚ ਅਜੇ ਇਲੀਗਲ ਮਾਈਗ੍ਰੈਂਟ ਬਹੁਤ ਘੱਟ ਹੈ ਅਤੇ ਇਹਦੇ ਚਾਂਸਿਸ ਬਹੁਤ ਜ਼ਿਆਦਾ ਨੇ ਕਿ ਆਪਣੇ ਸ਼ੈਂਗਨ ਜ਼ੋਨ ਦੇ ਵਿੱਚ ਆ ਜਾਏ ਅਗਲੇ ਸਾਲ ਤੋਂ, ਕਨਫਰਮ ਹੋ ਸਕਦਾ, ਬਹੁਤ ਜ਼ਿਆਦਾ ਚਾਂਸਿਸ ਨੇ, 99% ਚਾਂਸਿਸ ਹੈਗੇ ਨੇ, ਬਟ ਰੂਮਾਨੀਆ ਦੇ ਜੇ ਇੰਨੇ ਚਾਂਸਿਸ ਨਹੀਂ ਹੈਗੇ ਕਿਉਂਕਿ ਇਲੀਗਲ ਮਾਈਗ੍ਰੈਂਟ ਕਰਕੇ ਜੀ। ਇਹ ਸਾਰੀਆਂ ਚੀਜ਼ਾਂ ਇਲੀਗਲ ਮਾਈਗ੍ਰੈਂਟ 'ਤੇ ਡਿਪੈਂਡ ਕਰਦੀਆਂ, ਉਹਨਾਂ ਦੇ ਟੂਰਿਜ਼ਮ ਸੈਕਟਰ 'ਤੇ ਡਿਪੈਂਡ ਕਰਦੀਆਂ, ਉਹਨਾਂ ਦੀ ਇਨਕਮ 'ਤੇ ਡਿਪੈਂਡ ਕਰਦੀਆਂ ਕਿ ਹਾਂਜੀ ਉਹ ਕਿੰਨਾ ਕੁ ਯੋਗਦਾਨ ਪਾ ਸਕਦੇ ਹੈ ਸ਼ੈਂਗਨ ਏਰੀਏ ਦੇ ਵਿੱਚ, ਠੀਕ ਹੈ ਜੀ। ਸੇ ਇਹ ਸਾਰੀਆਂ ਚੀਜ਼ਾਂ ਨੇ, ਬਾਕੀ ਵਧੀਆ ਨਿਊਜ਼ ਹੈਗੀ ਹੈ ਅਤੇ ਵੱਧ ਤੋਂ ਵੱਧ ਆਪਣੇ ਭਰਾਵਾਂ ਨਾਲ ਸ਼ੇਅਰ ਕਰੋ। ਜੇਕਰ ਤੁਸੀਂ ਕਰੋਸ਼ੀਆ ਨੂੰ ਟਾਰਗੇਟ ਕਰ ਰਹੇ ਹੋ, ਕਰੋਸ਼ੀਆ ਬਹੁਤ ਵਧੀਆ ਕੰਟਰੀ ਹੈਗੀ ਹੈ, ਹਾਂਜੀ ਸੈਲਰੀ ਜ਼ਰੂਰ ਘੱਟ ਹੈ ਬਟ ਉੱਥੇ ਯੂਰੋ ਸਟਾਰਟ ਹੋ ਜਾਏਗਾ ਹੁਣ, ਅਤੇ ਯੂਰੋ ਸਟਾਰਟ ਹੋਣ ਨਾਲ ਉਹਨਾਂ ਦੀ ਇਕੋਨਮੀ ਜਿਹੜੀ ਹੈਗੀ ਹੈ ਥੋੜ੍ਹੀ ਵਧੇਗੀ ਅਤੇ ਟੂਰਿਜ਼ਮ ਸੈਕਟਰ ਵੀ ਵਧੇਗਾ, ਕਿਉਂਕਿ ਲੋਕ ਹੌਲੀ ਹੌਲੀ ਪਤਾ ਲੱਗੇਗਾ ਕਿ ਹਾਂਜੀ ਸ਼ੈਂਗਨ ਜ਼ੋਨ 'ਚ ਵਿੱਚ ਆਉਣਾ ਅਤੇ ਕੰਟਰੀ ਵੀ ਬਹੁਤ ਵਧੀਆ ਹੈ, ਘੁੰਮਣ ਫਿਰਨ ਨੂੰ ਬਹੁਤ ਸੋਹਣੀ ਹੈਗੀ ਹੈ, ਜ਼ਿਆਦਾ ਐਕਸਪੈਂਸਿਸ ਵੀ ਨਹੀਂ ਹੈਗੇ ਇੱਥੇ, ਸੋ ਬੜਾ ਵਧੀਆ ਰਹੇਗਾ। ਅਤੇ ਤੁਸੀਂ ਕਰੋਸ਼ੀਆ ਨੂੰ ਟਾਰਗੇਟ ਕਰੋ, ਰੂਮਾਨੀਆ ਨੂੰ ਅਜੇ ਥੋੜ੍ਹਾ ਜਿਹਾ ਜੇ ਰੁਕ ਜਾਓ, ਕਿਉਂਕਿ ਉੱਥੇ ਦਾ ਵਰਕ ਪਰਮਿਟ ਤੁਹਾਨੂੰ ਪਤਾ ਵੈਸੇ ਇਜ਼ੀਲੀ ਲੱਗਦੇ ਹੀ ਰਹਿੰਦੇ ਹੈ ਅਤੇ ਕਰੋਸ਼ੀਆ ਦੇ ਵਰਕ ਪਰਮਿਟ ਵੀ ਤੁਹਾਨੂੰ ਪਤਾ ਇਜ਼ੀਲੀ ਲੱਗ ਜਾਂਦੇ ਹੈ। ਸੋ ਆਹ ਛੋਟੀ ਜਿਹੀ ਨਿਊਜ਼ ਸੀ ਕਰੋਸ਼ੀਆ ਅਤੇ ਰੂਮਾਨੀਆ ਦੀ, ਜਿਹੜੀ ਆ ਲੇਟੈਸਟ ਨਿਊਜ਼ ਹੈਗੀ ਹੈ ਕਿ ਬਹੁਤ ਜਲਦੀ ਇਹ ਸ਼ੈਂਗਨ ਜ਼ੋਨ ਦੇ ਵਿੱਚ ਐਂਟਰ ਹੋਣ ਵਾਲੇ ਆ। ਬਾਕੀ ਤੁਸੀਂ ਦੇਖਣਾ ਕਿ ਕਦੋਂ ਤੱਕ ਤੁਸੀਂ ਜਾਣਾ, ਮੈਂ ਤਾਂ ਦੁਆ ਕਰਾਂਗਾ ਕਿ ਤੁਸੀਂ ਆਪਣੇ ਜਲਦੀ ਤੋਂ ਜਲਦੀ ਫਾਈਲਾਂ ਰੈਡੀ ਕਰੋ ਅਤੇ ਪਹੁੰਚੋ ਕਰੋਸ਼ੀਆ, ਰੂਮਾਨੀਆ ਅਤੇ ਵਧੀਆ ਕੰਟਰੀਆਂ ਨੇ, ਮਾੜੀਆਂ ਕੰਟਰੀਆਂ ਨਹੀਂ ਹੈਗੀਆਂ, ਹਾਂਜੀ ਇੱਕ ਡੀਸੈਂਟ ਅਰਨਿੰਗ ਜਿਹੜੀ ਤੁਸੀਂ ਉੱਥੇ ਕਰ ਸਕਦੇ ਹੋ, ਚੰਗੀਆਂ ਕੰਟਰੀਆਂ ਨੇ ਜੀ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।